ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜਿਹੜੀ ਮੇਰੀ ਵੀਡੀਓ ਹੈ ਉਹ ਇੱਕ ਇੱਦਾਂ ਦੇ ਇਨਸਾਨ ਦੇ ਕਮੈਂਟ 'ਤੇ ਮੈਂ ਬਣਾਈ ਹੈ, ਜੋ ਕਿ ਲੋਕਾਂ ਨੂੰ ਜੱਜ ਕਰਦੇ ਨੇ ਉਹਨਾਂ ਦੇ ਕੱਪੜਿਆਂ ਤੋਂ ਔਰ ਉਹਨਾਂ ਦੀ ਪਰਸਨੈਲਿਟੀ ਤੋਂ, ਔਰ ਉਹਨਾਂ ਨੂੰ ਇੱਦਾਂ ਲੱਗਦਾ ਹੈ ਕਿ ਸਾਰੀ ਦੁਨੀਆ ਫੈਸ਼ਨ ਪਰੇਡ ਕਰ ਰਹੀ ਹੈ। ਔਰ ਜਿਨ੍ਹਾਂ ਨੇ ਮੈਨੂੰ ਫੈਸ਼ਨੇਬਲ ਬੋਲਿਆ ਹੈ, ਤਾਂ ਮੈਂ ਇਹ ਵੀਡੀਓ ਉਹਨਾਂ ਨੂੰ ਸਪੋਂਸਰ ਕਰ ਰਹੀ ਹਾਂ। ਮੈਂ ਉਹਨਾਂ ਨੂੰ ਬਹੁਤ ਹੀ ਕਲੀਅਰ ਕਰ ਦੇਣਾ ਚਾਹੁੰਦੀ ਹਾਂ ਕਿ ਮੈਂ ਕੋਈ ਸੰਤ ਨਹੀਂ ਹਾਂ, ਕੋਈ ਪ੍ਰਚਾਰਕ ਨਹੀਂ ਹਾਂ। ਮੈਂ ਆਪਣੇ ਸੋਚ ਆਪਣੇ ਉਹ ਭਰਾਵਾਂ ਨਾਲ, ਆਪਣੇ ਉਹ ਸਬਸਕ੍ਰਾਈਬਰਸ ਔਰ ਵਿਊਅਰਸ ਨਾਲ ਸ਼ੇਅਰ ਕਰ ਰਹੀ ਹਾਂ ਕਿ ਮੈਂ ਇੱਕ ਸਿੱਖੀ ਦੀ ਉਸ ਰਾਹ 'ਤੇ ਚੱਲ ਰਹੀ ਹਾਂ ਜੋ ਮੇਰੇ ਦਿਮਾਗ 'ਚ ਡਾਊਟ ਆਉਂਦੇ ਨੇ, ਔਰ ਮੈਂ ਉਹਨਾਂ ਨੂੰ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ, ਔਰ ਉਹ ਮੇਰੇ ਡਾਊਟ ਜੋ ਹੈ ਆਟੋਮੈਟਿਕਲੀ ਕਲੀਅਰ ਹੁੰਦੇ ਨੇ। ਕਈ ਭਰਾ ਮੈਨੂੰ ਬਹੁਤ ਅੱਛਾ ਗਾਈਡ ਕਰਦੇ ਨੇ, ਕਿਉਂਕਿ ਅੱਜ ਕੱਲ੍ਹ ਦਾ ਟਾਈਮ ਇੱਦਾਂ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਟਾਈਮ ਕੰਮ ਦੇ ਵਿੱਚ ਸਪੈਂਡ ਕਰਦੇ ਹਾਂ, ਅਸੀਂ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣਾ ਚਾਹੁੰਦੇ ਹਾਂ, ਜਾਂ ਕੰਮ ਦੇ ਵਿੱਚ ਇੰਨੇ ਬਿਜ਼ੀ ਹਾਂ, ਆਪਣੀ ਫੈਮਿਲੀ ਲਾਈਫ 'ਚ ਇੰਨੇ ਬਿਜ਼ੀ ਹਾਂ। ਤਾਂ ਜੋ ਕਥਾਵਾਚਕ ਨੇ ਜਾਂ ਜੋ ਕੀਰਤਨ ਕਰਦੇ ਨੇ ਜਾਂ ਕਈ ਜੋ ਸਾਡੇ ਧਰਮ ਦੇ ਪ੍ਰਚਾਰਕ ਨੇ, ਉਹਨਾਂ ਦੇ ਜੋ ਕੰਟਰੋਵਰਸ਼ੀਅਲ ਸਟੇਟਮੈਂਟਸ ਅੱਜ ਕੱਲ੍ਹ ਸਾਹਮਣੇ ਆ ਰਹੇ ਨੇ, ਉਹਨਾਂ ਤੋਂ ਇਹ ਲੱਗਦਾ ਹੀ ਨਹੀਂ ਹੈ ਕਿ ਅਸੀਂ ਕੀ ਕਰੀਏ ਔਰ ਕੀ ਨਾ ਕਰੀਏ। ਇੰਨੀ ਡਾਊਟਫੁਲ, ਇੰਨੀ ਕ੍ਰਿਟੀਕਲ ਲਾਈਫ ਅਸੀਂ ਜੀ ਰਹੇ ਹਾਂ। ਤਾਂ ਜੋ ਡਾਊਟ ਮੇਰੇ ਮਨ ਦੇ ਵਿੱਚ ਆਉਂਦਾ ਹੈ, ਮੈਂ ਉਹ ਡਾਊਟਸ ਨੂੰ ਪਹਿਲੇ ਮੈਂ ਚਿੱਠੀ ਲਿਖ ਕੇ ਰੱਖਦੀ ਸੀਗੀ ਔਰ ਮੈਨੂੰ ਉਹ ਜਵਾਬ ਮਿਲ ਜਾਂਦੇ ਸੀ। ਮੈਂ ਅੱਜ ਕੱਲ੍ਹ ਉਹੀ ਆਪਣੇ ਡਾਊਟ, ਆਪਣੇ ਵਿਚਾਰ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ, ਔਰ ਮੈਨੂੰ ਮੇਰੇ ਕਈ ਭਰਾ ਬਹੁਤ ਹੀ ਅੱਛੀ ਤਰ੍ਹਾਂ ਜਵਾਬ ਦੇ ਰਹੇ ਨੇ। ਮੇਰਾ ਇਹ ਜਵਾਬ ਉਸ ਇਨਸਾਨ ਦੇ ਲਈ ਹੈ ਜੋ ਮੈਨੂੰ ਬਹੁਤ ਹੀ ਫੈਸ਼ਨੇਬਲ ਸਮਝਦਾ ਹੈ। ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹਿ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਕੋਲੋਂ ਕੀ ਐਕਸਪੈਕਟ ਕਰਦੇ ਹੋ ਕਿ ਮੈਂ ਸਿਰ 'ਤੇ ਪੱਗ ਬੰਨ ਕੇ ਦਿਖਾਵਾ ਕਰਾਂ ਕਿ ਮੈਂ ਅੰਮ੍ਰਿਤਧਾਰੀ ਹਾਂ, ਮੈਂ ਇੱਕ ਸੱਚੀ ਸਿੱਖ ਹਾਂ, ਕਿਉਂਕਿ ਮੈਂ ਇਹ ਕੱਪੜੇ ਪਾਏ ਨੇ ਜੋ ਤੁਸੀਂ ਦੇਖਣਾ ਚਾਹੁੰਦੇ ਹੋ। ਤਾਂ ਮੈਂ ਉਹਨਾਂ ਨੂੰ ਇਹ ਬਹੁਤ ਹੀ ਕਲੀਅਰ ਕਹਿ ਦੇਣਾ ਚਾਹੁੰਦੀ ਹਾਂ ਕਿ ਮੇਰੇ ਕੋਲੋਂ ਦਿਖਾਵਾ ਨਹੀਂ ਹੁੰਦਾ, ਮੈਂ ਜੋ ਵੀ ਹਾਂ ਮੈਂ ਹਾਂ, ਔਰ ਮੇਰੀ ਸੋਚ ਵੀ ਇਹ ਹੈ, ਔਰ ਮੈਂ ਸਿੱਖੀ ਦੇ ਲਈ ਆਪਣੇ ਧਰਮ ਦੇ ਲਈ ਆਪਣੀ ਜਾਨ ਵੀ ਦੇ ਸਕਦੀ ਹਾਂ ਜਦੋਂ ਜ਼ਰੂਰਤ ਪਏਗੀ। ਮੈਂ ਆਪਣੇ ਉਹ ਗੁਰੂਆਂ ਨੂੰ ਮੰਨਦੀ ਹਾਂ ਜਿਨ੍ਹਾਂ ਨੇ ਆਪਣੀਆਂ ਪੂਰੀਆਂ ਕੁਰਬਾਨੀਆਂ ਦਿੱਤੀਆਂ ਨੇ ਆਪਣੇ ਧਰਮ ਔਰ ਆਪਣੇ ਗੁਰੂ ਦੇ ਨਾਂ 'ਤੇ, ਤਾਂ ਮੈਂ ਉਸ ਚੀਜ਼ ਤੋਂ ਕਦੇ ਪਿੱਛੇ ਨਹੀਂ ਹਟਾਂਗੀ। ਪਰ ਮੈਂ ਕਿਸੇ ਨੂੰ ਦਿਖਾਉਣ ਲਈ ਔਰ ਦੁਨੀਆ ਨੂੰ ਦਿਖਾਵਾ ਦੇਣ ਲਈ ਉਹ ਸਰੂਪ ਧਾਰਨ ਨਹੀਂ ਕਰ ਸਕਦੀ ਜੋ ਮੈਂ ਅਜੇ ਤੱਕ ਨਿਭਾ ਨਹੀਂ ਸਕਦੀ, ਕਿਉਂਕਿ ਮੈਂ ਦੇਖਿਆ ਹੈ ਕਿ ਲੋਕ ਸਿਰਫ ਦਿਖਾਵਾ ਕਰਦੇ ਨੇ। ਉਹਨਾਂ ਨੂੰ ਦਿਖਾਉਣ ਦੀ ਬਹੁਤ ਹੀ ਜ਼ਿਆਦਾ ਇਹ ਕੋਸ਼ਿਸ਼ ਹੈ ਕਿ ਮੈਂ ਅੰਮ੍ਰਿਤਧਾਰੀ ਹਾਂ, ਮੈਂ ਇੱਕ ਸੱਚਾ ਸਿੱਖ ਹਾਂ, ਚਾਹੇ ਉਹ ਦੁਨੀਆ ਭਰ ਦੇ ਝੂਠ ਬੋਲਦਾ ਹੋਏ, ਦੁਨੀਆ ਭਰ ਦੇ ਗਲਤ ਕੰਮ ਕਰਦਾ ਹੋਏ, ਤਾਂ ਮੇਰੇ ਕੋਲੋਂ ਤਾਂ ਮੈਂ ਉਹਨਾਂ ਕੋਲੋਂ ਸੌਰੀ ਮੰਗਦੀ ਹਾਂ। ਆਪਣੇ ਗੁਰੂ ਨੂੰ ਔਰ ਆਪਣੇ ਆਪ ਨੂੰ ਧੋਖਾ ਨਹੀਂ ਦਿੱਤਾ ਜਾਣਾ, ਕਿਉਂਕਿ ਮੈਂ ਇੱਕ ਇੰਟਰਨੈਸ਼ਨਲ ਓਵਰਸੀਜ਼ ਕਰੀਅਰ ਨੂੰ ਬਿਲੋਂਗ ਕਰਦੀ ਹਾਂ, ਤਾਂ ਮੈਨੂੰ ਇੱਦਾਂ ਦੀ ਡਰੈਸਅਪ ਕਰਨੀ ਪੈਂਦੀ ਹੈ। ਮੈਂ ਇੱਕ ਰਿਲੇਸ਼ਨਸ਼ਿਪ ਐਡਵਾਈਜ਼ਰ ਹਾਂ, ਓਵਰਸੀਜ਼ ਕਰੀਅਰ ਐਡਵਾਈਜ਼ਰ ਹਾਂ, ਕਾਉਂਸਲਰ ਹਾਂ, ਤਾਂ ਮੈਨੂੰ ਉੱਦਾਂ ਦੇ ਕੱਪੜੇ ਪਾਉਣੇ ਪੈਂਦੇ ਨੇ ਜੋ ਮੇਰੇ ਕਰੀਅਰ ਦੀ ਡਿਮਾਂਡ ਹੈ, ਔਰ ਮੇਰੇ ਕੱਪੜੇ ਮੈਨੂੰ ਮੇਰੇ ਧਰਮ ਤੋਂ ਦੂਰ ਨਹੀਂ ਲਿਜਾ ਸਕੇ। ਮੈਂ ਅੱਜ ਵੀ ਆਪਣੇ ਧਰਮ ਦੇ ਰਾਹ 'ਤੇ ਹਾਂ, ਔਰ ਕਿਸੇ ਨੂੰ ਵੀ ਇਹ ਗੱਲ ਸਮਝਾਉਣ ਦੀ ਮੈਨੂੰ ਜ਼ਰੂਰਤ ਨਹੀਂ ਹੈ ਕਿ ਮੈਂ ਕੀ ਪਾਉਣਾ ਹੈ ਔਰ ਮੈਂ ਕੀ ਬੋਲਣਾ ਹੈ। ਹਾਂ, ਮੈਂ ਉਹ ਗੱਲ ਨੂੰ ਜ਼ਰੂਰ ਸਪੋਰਟ ਕਰਾਂਗੀ ਜੋ ਅਗਰ ਮੈਨੂੰ ਕਹੇ ਕਿ ਮੈਂ ਕਿਸ ਬਾਰੇ ਬੋਲਾਂ। ਜਿੱਦਾਂ ਮੇਰੇ ਬਹੁਤ ਸਾਰੇ ਭਰਾ ਮੈਨੂੰ ਜੋ ਫੋਲੋ ਕਰਦੇ ਨੇ, ਜੋ ਮੈਨੂੰ ਸਪੋਰਟ ਕਰਦੇ ਨੇ, ਉਹ ਚਾਹੁੰਦੇ ਨੇ ਕਿ ਮੈਂ ਇਹ ਬੋਲਾਂ ਔਰ ਇਹ ਬੋਲਾਂ, ਮੈਂ ਉਹ ਜ਼ਰੂਰ ਬੋਲਾਂਗੀ। ਪਰ ਭਰਾਵੋ, ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਇਹ ਮਾਫੀ ਮੰਗਦੀ ਹਾਂ ਕਿ ਮੇਰੇ ਕੋਲੋਂ ਆਪਣੇ ਗੁਰੂ ਨੂੰ ਧੋਖਾ ਨਹੀਂ ਦਿੱਤਾ ਜਾਣਾ। ਜਿਸ ਦਿਨ ਉਹ ਟਾਈਮ ਆਇਆ, ਜਿਸ ਦਿਨ ਗੁਰੂ ਨੇ ਆਵਾਜ਼ ਮਾਰ ਲਈ ਔਰ ਮੈਂ ਉਸ ਲਾਇਕ ਹੋਈ ਕਿ ਮੈਂ ਆਪਣੇ ਗੁਰੂ ਦੇ ਨਾਲ ਮਿਲ ਸਕਾਂ, ਤਾਂ ਮੈਂ ਜ਼ਰੂਰ ਉਹ ਸਵਰੂਪ ਧਾਰਨ ਕਰਾਂਗੀ। ਪਰ ਦਿਖਾਵਾ ਮੈਂ ਨਹੀਂ ਕਰ ਸਕਦੀ, ਕਿਉਂਕਿ ਹਰ ਪ੍ਰੋਫੈਸ਼ਨ ਦੀ ਇੱਕ ਅਲੱਗ ਡਿਮਾਂਡ ਹੈ, ਔਰ ਉਸ ਡਿਮਾਂਡ ਦੇ ਹਿਸਾਬ ਨਾਲ ਸਾਨੂੰ ਸੈਲਰੀ ਮਿਲਦੀ ਹੈ, ਅਸੀਂ ਪੈਸੇ ਕਮਾਉਂਦੇ ਹਾਂ, ਔਰ ਪੈਸੇ ਨਹੀਂ ਕਮਾਵਾਂਗੇ ਤਾਂ ਉਹ ਚੀਜ਼ ਜੋ ਅੱਜ ਦੀਆਂ ਜ਼ਰੂਰਤਾਂ ਨੇ ਅਸੀਂ ਪੂਰੇ ਨਹੀਂ ਕਰ ਸਕਦੇ। ਹਰ ਬੰਦਾ ਰਿਲੀਜੀਅਸ ਨਹੀਂ ਹੋ ਸਕਦਾ, ਹਰ ਬੰਦਾ ਕਥਾਵਾਚਕ ਨਹੀਂ ਹੋ ਸਕਦਾ, ਹਰ ਬੰਦਾ ਕੀਰਤਨ ਨਹੀਂ ਕਰ ਸਕਦਾ, ਹਰ ਬੰਦਾ ਧਰਮ ਦਾ ਪ੍ਰਚਾਰ ਨਹੀਂ ਕਰ ਸਕਦਾ। ਜੋ ਵੀ ਸਾਡੇ ਧਰਮ ਦੇ ਪ੍ਰਚਾਰਕ ਨੇ ਅੱਜ ਉਹ ਆਪ ਹੀ ਆਪਸ 'ਚ ਲੜਦੇ ਪਏ ਨੇ, ਪਰ ਫਿਰ ਵੀ ਮੈਂ ਉਹਨਾਂ ਤੋਂ ਬਿਲਕੁਲ ਸੰਤੁਸ਼ਟ ਹਾਂ। ਉਹ ਜੋ ਵੀ ਕਰ ਰਹੇ ਨੇ ਸੋਚ ਸਮਝ ਕੇ ਕਰ ਰਹੇ ਨੇ, ਔਰ ਜੋ ਸਾਨੂੰ ਅੱਛਾ ਨਹੀਂ ਲੱਗਦਾ ਅਸੀਂ ਉਹ ਆਪਸ 'ਚ ਡਿਸਕਸ ਕਰਕੇ, ਗੁਰੂ ਦੀ ਬਾਣੀ ਦਾ ਵਿਚਾਰ ਕਰਕੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ, ਉਹ ਸਾਨੂੰ ਹੁਕਮ ਹੈ ਔਰ ਅਸੀਂ ਉਸ ਹੁਕਮ ਨੂੰ ਮੰਨਣਾ ਹੈ। ਤਾਂ ਮੈਂ ਆਪਣੇ ਭਰਾਵਾਂ ਨਾਲ ਆਪਣੇ ਸਾਰੇ ਡਾਊਟ ਆਪਣੇ ਆਖਰੀ ਦਮ ਤੱਕ ਸ਼ੇਅਰ ਕਰਦੀ ਰਹਾਂਗੀ। ਜਦ ਤੱਕ ਮੇਰੇ ਉਹ ਡਾਊਟ ਕਲੀਅਰ ਨਹੀਂ ਹੁੰਦੇ, ਮੈਂ ਹੱਥ ਜੋੜ ਕੇ ਉਹਨਾਂ ਕੋਲੋਂ ਬੇਨਤੀ ਕਰਾਂਗੀ ਕਿ ਮੇਰੇ ਡਾਊਟਸ ਕਲੀਅਰ ਕਰਦੇ ਰਹਿਣ, ਮੇਰਾ ਸਾਥ ਦਿੰਦੇ ਰਹਿਣ। ਔਰ ਉਹ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਅਗਰ ਸਾਰੇ ਹੀ ਰਿਲੀਜੀਅਸ ਬਣ ਜਾਣਗੇ ਤਾਂ ਮੈਨੂੰ ਇੱਕ ਗੱਲ ਦੱਸੋ ਕਿ ਅਸੀਂ ਪ੍ਰੋਗਰੈਸ ਕਿੱਦਾਂ ਕਰਾਂਗੇ। ਰਿਲੀਜੀਅਸ ਹੋਣਾ ਗਲਤ ਨਹੀਂ ਹੈ, ਪਰ ਜੋ ਤੁਹਾਡੇ ਅੰਦਰ ਸੱਚਾਈ ਹੈ, ਤੁਹਾਡੇ ਦਿਲ ਦੀ ਸੱਚਾਈ ਔਰ ਦਿਲ ਦੀ ਸਫਾਈ
ਬਾਹਰ ਦੇ ਦਿਖਾਉਣ ਵਾਲੇ ਕੱਪੜਿਆਂ ਤੋਂ ਬਹੁਤ ਇੰਪੋਰਟੈਂਟ ਹੈ। ਮੈਨੂੰ ਇੱਕ ਗੱਲ ਦੱਸੋ ਕਿ ਗੁਰਦੁਆਰੇ ਦੇ ਵਿੱਚ ਜੋ ਗ੍ਰੰਥੀ ਪਾਠ ਕਰਦੇ ਨੇ, ਜੋ ਸੇਵਾ ਕਰਦੇ ਨੇ, ਅੱਜ ਉਹਨਾਂ ਦੀ ਸੈਲਰੀਆਂ ਕੀ ਨੇ, ਅੱਜ ਉਹਨਾਂ ਨੂੰ ਫੈਸਿਲਿਟੀਆਂ ਕੀ ਦਿੱਤੀਆਂ ਜਾ ਰਹੀਆਂ ਨੇ। ਉਹ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਵੀ ਵਿਚਾਰੇ ਕਿੰਨੇ ਦੁਖੀ ਨੇ। ਹਰ ਬੰਦਾ ਅੱਜ ਕੀਰਤਨ ਕਰਨਾ ਹੈ ਤਾਂ ਦੱਸੋ, ਮੈਨੂੰ ਪ੍ਰੋਫੈਸ਼ਨ ਅਗਰ ਕੀਰਤਨ ਗੁਰਬਾਣੀ ਕਥਾ ਬਣਾ ਲੇਗਾ ਤਾਂ ਕੰਪੀਟੀਸ਼ਨ ਉਸ ਫੀਲਡ 'ਚ ਵਧੇਗਾ। ਮੈਂ ਜੋ ਵੀ ਕਥਾਵਾਚਕ ਨੇ, ਜੋ ਵੀ ਮੇਰੇ ਧਰਮ ਦੇ ਪ੍ਰਚਾਰਕ ਨੇ, ਮੈਂ ਉਹਨਾਂ ਤੋਂ ਸੈਟਿਸਫਾਈਡ ਹਾਂ। ਮੈਂ ਉਹਨਾਂ 'ਤੇ ਕੋਈ ਉਂਗਲੀ ਨਹੀਂ ਉਠਾਉਣਾ ਚਾਹੁੰਦੀ ਔਰ ਆਪਣੇ ਗੁਰੂਆਂ 'ਤੇ ਵੀ ਕੋਈ ਉਂਗਲੀ ਨਹੀਂ ਉਠਾਉਣਾ ਚਾਹੁੰਦੀ, ਆਪਣੇ ਧਰਮ 'ਤੇ ਵੀ। ਮੈਂ ਉਹ ਧਰਮ ਦੇ ਠੇਕੇਦਾਰਾਂ ਕੋਲੋਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਚਿੱਟੇ ਕੱਪੜੇ ਪਾਉਣ ਨਾਲ ਚਿੱਟੇ ਕੁੱਕੜ ਨਹੀਂ ਬਣ ਜਾਂਦੇ, ਬਲਕਿ ਜੋ ਐਨੀਮਲ ਮੀਟਿੰਗ ਦੀ ਵੀਡੀਓ ਬਣਾ ਕੇ ਔਰ ਇੱਦਾਂ ਦੇ ਕਮੈਂਟ ਕਰਦੇ ਨੇ ਕਿ ਦੂਸਰਿਆਂ ਨੂੰ ਗਲਤ ਸਾਬਿਤ ਕਰਨ ਲਈ ਸਿਰਫ ਆਪਣੀ ਪਬਲਿਸਿਟੀ ਲਈ, ਤਾਂ ਮੈਂ ਇਹ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਪਹਿਲੇ ਆਪਣੇ ਅੰਦਰ ਝਾਕ ਕੇ ਦੇਖੋ। ਮੇਰੀ ਤਾਂ ਹਰ ਸਾਹ ਦੇ ਵਿੱਚ ਮੇਰੀ ਭਰਾਵਾਂ ਦੀ, ਸਿੱਖੀ ਦੀ ਔਰ ਪੰਜਾਬ ਦੀ ਰਕਸ਼ਾ ਦੀ, ਉਹਨਾਂ ਦੀ ਕਾਮਯਾਬੀ ਦੀ ਮੈਂ ਦੁਆ ਕਰਦੀ ਹਾਂ। ਹਰ ਟਾਈਮ ਮੇਰੇ ਮੂੰਹ 'ਚੋਂ ਨਿਕਲਦਾ ਹੈ ਔਰ ਮੇਰਾ ਅਗਰ ਇਹ ਟਾਈਮ ਵੀਡੀਓ ਬਣਾਉਣ 'ਚ ਸਪੈਂਡ ਕਰ ਰਹੀ ਹਾਂ ਤਾਂ ਮੇਰਾ ਮਕਸਦ ਵੀ ਇਹ ਹੈ ਕਿ ਮੈਂ ਉਹਨਾਂ ਨੂੰ ਕਿਸੇ ਤਰ੍ਹਾਂ ਕਿਸੇ ਵੀ ਢੰਗ ਨਾਲ ਸਪੋਰਟ ਕਰ ਸਕਾਂ, ਕਿਉਂਕਿ ਲੁੱਟਣ ਵਾਲੇ ਹਰ ਜਗ੍ਹਾ ਬੈਠੇ ਨੇ। ਕੱਪੜੇ ਪਾ ਕੇ ਧਰਮ ਦੇ ਨਾਂ 'ਤੇ ਲੋਕਾਂ ਨੂੰ ਬੇਵਕੂਫ਼ ਇੰਨਾ ਜ਼ਿਆਦਾ ਬਣਾਇਆ ਜਾ ਰਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਧਰਮ ਦੇ ਨਾਂ 'ਤੇ ਇੰਨਾ ਜ਼ਿਆਦਾ ਬੇਵਕੂਫ਼ ਹੋਰ ਬਣਾਉਣ ਵਾਲਿਆਂ ਦੀ ਜ਼ਰੂਰਤ ਹੈ। ਜੋ ਹੈਗੇ ਨੇ ਉਹਨਾਂ ਨੂੰ ਹੀ ਅਸੀਂ ਸੰਭਾਲ ਲਈਏ ਤਾਂ ਬਹੁਤ ਹੀ ਵੱਡੀ ਗੱਲ ਹੈ। ਚਿੱਟੇ ਕੱਪੜੇ ਪਾਉਣ ਨਾਲ ਚਿੱਟੇ ਕੁੱਕੜ ਨਹੀਂ ਹੋ ਜਾਂਦੇ, ਔਰ ਅਗਰ ਅਸੀਂ ਅੱਛੇ ਕੱਪੜੇ ਪਾਏ ਨੇ ਜਾਂ ਕੁਛ ਵੀ ਕੀਤਾ ਤਾਂ ਉਹਦੇ ਨਾਲ ਸਾਡੀ ਸਿੱਖੀ 'ਤੇ ਕੋਈ ਦਾਗ ਨਹੀਂ ਲੱਗਦਾ, ਕਿਉਂਕਿ ਜਦ ਤੱਕ ਅਸੀਂ ਜਿੰਦਾ ਹਾਂ ਸਾਨੂੰ ਪਤਾ ਹੈ ਕਿ ਸਿੱਖੀ ਸਾਡੀ ਇੱਜ਼ਤ ਹੈ। ਅਸੀਂ ਉਹਦੇ 'ਤੇ ਕੋਈ ਦਾਗ ਨਹੀਂ ਲੱਗਣ ਦਿੰਦੇ, ਚਾਹੇ ਅਸੀਂ ਕੋਈ ਵੀ ਕੱਪੜੇ ਪਾਈਏ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤਾਂ ਜੋ ਕੱਪੜੇ ਦੇਖ ਕੇ ਜਜਮੈਂਟ ਕਰਦੇ ਨੇ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਦੇਖਣ ਦੀ ਨਜ਼ਰ ਨੂੰ ਬਦਲੋ, ਕਿਉਂਕਿ ਦੁਨੀਆ ਵੀ ਬਦਲ ਚੁੱਕੀ ਹੈ, ਕੱਪੜੇ ਵੀ ਬਦਲ ਚੁੱਕੇ ਨੇ, ਪਰ ਪਿਆਰ ਜੋ ਸਿੱਖੀ ਨੂੰ ਕਰਦੇ ਨੇ ਉਹ ਕਿਸੇ ਵੀ ਰੂਪ 'ਚ ਆ ਕੇ ਆਪਣੀ ਸਿੱਖੀ ਦੀ ਇੱਜ਼ਤ ਹੋਰ ਵਧਾਉਂਦੇ ਨੇ, ਔਰ ਜੋ ਕੱਪੜਿਆਂ ਦੇ ਅੰਦਰ ਦੇਖਦੇ ਨੇ ਉਹ ਉੱਥੇ ਦੇ ਉੱਥੇ ਹੀ ਰਹਿ ਜਾਂਦੇ ਨੇ। ਆਪਣੀ ਨਜ਼ਰ ਨੂੰ ਬਦਲਣ ਦੀ ਜ਼ਰੂਰਤ ਹੈ ਕਿ ਅਸੀਂ ਕੀ ਬੋਲ ਰਹੇ ਹਾਂ, ਔਰ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਕਿ ਇਹ ਔਰਤ ਹੈ, ਇਹ ਕੁਛ ਨਹੀਂ ਕਰ ਸਕਦੀ। ਤਾਂ ਮੈਂ ਅੱਜ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦੀ ਹਾਂ ਕਿ 1705 ਦੀ ਲੜਾਈ ਵਿੱਚ ਮਾਈ ਭਾਗੋ ਜਦੋਂ ਸਾਰੇ ਸਿੱਖ ਬੇਦਾਵਾ ਲਿਖ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇ ਗਏ ਸੀ ਤਾਂ ਉਹ ਇਕੱਲੀ ਹੀ ਲੜਨ ਗਈ ਸੀ, ਤਾਂ ਮੈਂ ਵੀ, ਮੇਰੇ ਅੰਦਰ ਵੀ ਉਹੀ ਖੂਨ ਹੈ, ਮੈਂ ਆਪਣੇ ਗੁਰੂ ਨੂੰ ਕਦੇ ਨਹੀਂ ਛੱਡ ਸਕਦੀ। ਹਾਂ, ਮੇਰੀ ਜ਼ਰੂਰਤ ਹੈ, ਮੇਰੀ ਫੈਮਿਲੀ ਦੀ ਜ਼ਰੂਰਤ ਹੈ ਕਿ ਮੈਂ ਉਹਨਾਂ ਨੂੰ ਕਿੱਦਾਂ ਅੱਛੀ ਲੱਗਦੀ ਹਾਂ, ਉਹ ਮੈਨੂੰ ਕਿੱਦਾਂ ਦੇਖਣਾ ਚਾਹੁੰਦੇ ਨੇ, ਔਰ ਮੇਰੇ ਪ੍ਰੋਫੈਸ਼ਨ ਦੀ ਡਿਮਾਂਡ ਹੈ ਕਿ ਮੈਂ ਕੀ ਕਰਨਾ ਹੈ, ਔਰ ਉਹਦੇ ਬਾਵਜੂਦ ਮੈਂ ਇਹ ਅਗਰ ਕੋਸ਼ਿਸ਼ ਕਰ ਰਹੀ ਹਾਂ ਤਾਂ ਮੈਂ ਕੁਛ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹਾਂ। ਜੋ ਮੈਨੂੰ ਡਾਊਟ ਨੇ, ਜੋ ਮੈਨੂੰ ਨਹੀਂ ਪਤਾ, ਮੈਂ ਉਹਨਾਂ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਮੇਰੇ ਕੱਪੜਿਆਂ ਨੂੰ ਨਾ ਦੇਖੋ, ਮੇਰੀ ਸੋਚ ਨੂੰ ਦੇਖੋ, ਮੇਰੇ ਅੰਦਰ ਮੇਰੇ ਧਰਮ ਲਈ, ਮੇਰੇ ਸਿੱਖ ਭਰਾਵਾਂ ਲਈ ਜੋ ਦਰਦ ਹੈ ਉਸ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ, ਉਹ ਜ਼ਰੂਰੀ ਹੈ। ਮੇਰੇ ਕੱਪੜੇ ਦੇਖਣ ਦੀ ਜ਼ਰੂਰਤ ਨਹੀਂ ਹੈ। ਥੈਂਕ ਯੂ ਸੋ ਮੱਚ ਫੋਰ ਵਾਚਿੰਗ। ਆਈ ਹੋਪ ਯੂ ਆਲ ਆਰ ਡੂਇੰਗ ਗੁੱਡ ਇਨ ਯਰ ਲਾਈਫ। ਬੀ ਹੈਪੀ, ਸਟੇ ਫਿੱਟ ਐਂਡ ਗੁੱਡ ਲੱਕ। ਥੈਂਕ ਯੂ, ਸਤਿ ਸ਼੍ਰੀ ਅਕਾਲ।